ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਕੈਪਸੂਲ ਇਹ ਕੋਕੀਨ ਦੇ ਨੇ। ਦਰਅਸਲ ਏਅਰਪੋਰਟ ਤੋਂ CBI ਨੇ ਇੱਕ ਸ਼ਖਸ ਨੂੰ ਇਸ ਨਸ਼ੇ ਦੇ ਨਾਲ ਕਾਬੂ ਕੀਤਾ। 270 ਕੈਪਸੂਲ ਫੜੇ ਨੇ ਇੱਕ ਖਿਡੌਣੇ ਦੇ ਵਿੱਚ ਲੁਕੋ ਕੇ ਇਹ ਸ਼ਖਸ ਲੈ ਕੇ ਆ ਰਿਹਾ ਸੀ। ਤਾਂ CBI ਦੇ ਵੱਲੋਂ ਸ਼ੱਕ ਦੇ ਆਧਾਰ ਤੇ ਜਦੋਂ ਤਲਾਸ਼ੀ ਲਈ ਤਾਂ ਖਿਡੌਣੇ ਦੇ ਵਿੱਚ 270 ਕੋਕੀਨ ਦੇ ਕੈਪਸੂਲ ਬਰਾਮਦ ਹੋਏ ਨੇ। ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੀਆਂ ਇਹ ਤਸਵੀਰਾਂ ਨੇ ਇਹਨਾਂ ਕੈਪਸੂਲਾਂ ਨੂੰ ਗੱਦੇਦਾਰ ਖਿਡੌਣੇ ਦੇ ਵਿੱਚ ਲੁਕੋ ਕੇ ਲਿਆਂਦਾ ਜਾ ਰਿਹਾ ਸੀ। ਭਾਰਤੀ ਮੂਲ ਦਾ ਜਰਮਨ ਨਾਗਰਿਕ ਇੰਡੀਗੋ ਏਅਰਲਾਈਨਸ ਰਾਹੀਂ ਦੋਹਾ ਤੋਂ ਨਵੀਂ ਦਿੱਲੀ ਜਾ ਰਿਹਾ ਸੀ। ਏਜੰਸੀ ਨੇ ਮੌਕੇ ਦੀ ਵੀਡੀਓ ਵੀ ਸਾਂਝੀ ਕੀਤੀ ਹੈ। ਫੜੇ ਗਏ ਨਸ਼ੀਲੇ ਪਦਾਰਥ ਦੀ ਕੀਮਤ ਅੰਤਰਰਾਸ਼ਟਰੀ ਪੱਧਰ ਤੇ 30 ਕਰੋੜ ਦੱਸੀ ਜਾ ਰਹੀ ਹੈ। ਅਸ਼ੋਕ ਕੁਮਾਰ ਨਾਮ ਦੇ ਸ਼ਖਸ ਨੂੰ ਇਸ ਨਸ਼ੇ ਦੀ ਖੇਪ ਸਣੇ ਗ੍ਰਿਫਤਾਰ ਕੀਤਾ ਗਿਆ। ਦਿੱਲੀ ਏਅਰਪੋਰਟ ਤੋਂ 6 ਕਿਲੋ ਹਾਈ ਕੁਆਲਿਟੀ ਦੀ ਕੋਕੀਨ ਦੇ ਨਾਲ ਇਸ ਨੂੰ ਕਾਬੂ ਕੀਤਾ ਗਿਆ। ਤਾਂ CBI ਦੇ ਵੱਲੋਂ ਇਸ ਪੂਰੇ ਮਾਮਲੇ ਦਾ ਪਰਦਾਫਾਸ਼ ਕੀਤਾ ਗਿਆ। ਏਅਰਪੋਰਟ ਤੋਂ 6 ਕਿਲੋ ਕੋਕੀਨ ਬਰਾਮਦ ਕੀਤੀ। ਇਹ ਸ਼ਖਸ ਖਿਡੌਣੇ ਦੇ ਵਿੱਚ 270 ਕੈਪਸੂਲ ਲੁਕੋ ਕੇ ਲਿਆ ਰਿਹਾ ਸੀ। ਤਾਂ ਜਦੋਂ ਸ਼ੱਕ ਹੋਇਆ ਤਾਂ ਇਸ ਨੂੰ ਘੇਰਿਆ, ਇਸ ਦੇ ਸਮਾਨ ਦੀ ਤਲਾਸ਼ੀ ਹੋਈ। ਤਲਾਸ਼ੀ ਮੌਕੇ CBI ਦੇ ਹੱਥ ਇੱਕ ਖਿਡੌਣਾ ਲੱਗਾ। ਜਦੋਂ ਖਿਡੌਣੇ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਉਸ ਦੇ ਵਿੱਚ 270 ਕੈਪਸੂਲ ਸਨ ਕੋਕੀਨ ਦੇ। ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੇ ਇਸ ਸ਼ਖਸ ਨੂੰ ਕਾਬੂ ਕੀਤਾ ਗਿਆ। ਭਾਰਤੀ ਮੂਲ ਦਾ ਜਰਮਨ ਨਾਗਰਿਕ ਇੰਡੀਗੋ ਏਅਰਲਾਈਨਸ ਰਾਹੀਂ ਦੋਹਾ ਤੋਂ ਨਵੀਂ ਦਿੱਲੀ ਜਾ ਰਿਹਾ ਸੀ। ਤਾਂ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਇਹ ਸ਼ਖਸ ਇੱਕ ਗੱਦੇਦਾਰ ਖਿਡੌਣੇ ਦੇ ਵਿੱਚ ਕੋਕੀਨ ਦੇ 270 ਕੈਪਸੂਲ ਲੁਕੋ ਕੇ ਲਿਆ ਰਿਹਾ ਸੀ। ਫਿਲਹਾਲ ਇਸ ਤੋਂ ਪੁੱਛ ਪੜਤਾਲ ਜਾਰੀ ਹੈ ਕਿ ਕਿੱਥੋਂ ਇਹ ਲੈ ਕੇ ਆਇਆ ਸੀ, ਕਿੱਥੇ ਇਸ ਨੇ ਸਪਲਾਈ ਕਰਨੇ ਸਨ। ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਕੈਪਸੂਲ ਇਹ ਕੋਕੀਨ ਦੇ ਨੇ। ਦਰਅਸਲ ਏਅਰਪੋਰਟ ਤੋਂ CBI ਨੇ ਇੱਕ ਸ਼ਖਸ ਨੂੰ ਇਸ ਨਸ਼ੇ ਦੇ ਨਾਲ ਕਾਬੂ ਕੀਤਾ। 270 ਕੈਪਸੂਲ ਫੜੇ ਨੇ ਇੱਕ ਖਿਡੌਣੇ ਦੇ ਵਿੱਚ ਲੁਕੋ ਕੇ ਇਹ ਸ਼ਖਸ ਲੈ ਕੇ ਆ ਰਿਹਾ ਸੀ। ਤਾਂ CBI ਦੇ ਵੱਲੋਂ ਸ਼ੱਕ ਦੇ ਆਧਾਰ ਤੇ ਜਦੋਂ ਤਲਾਸ਼ੀ ਲਈ ਤਾਂ ਖਿਡੌਣੇ ਦੇ ਵਿੱਚ 270 ਕੋਕੀਨ ਦੇ ਕੈਪਸੂਲ ਬਰਾਮਦ ਹੋਏ ਨੇ। ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੀਆਂ ਇਹ ਤਸਵੀਰਾਂ ਨੇ ਇਹਨਾਂ ਕੈਪਸੂਲਾਂ ਨੂੰ ਗੱਦੇਦਾਰ ਖਿਡੌਣੇ ਦੇ ਵਿੱਚ ਲੁਕੋ ਕੇ ਲਿਆਂਦਾ ਜਾ ਰਿਹਾ ਸੀ। ਭਾਰਤੀ ਮੂਲ ਦਾ ਜਰਮਨ ਨਾਗਰਿਕ ਇੰਡੀਗੋ ਏਅਰਲਾਈਨਸ ਰਾਹੀਂ ਦੋਹਾ ਤੋਂ ਨਵੀਂ ਦਿੱਲੀ ਜਾ ਰਿਹਾ ਸੀ। ਏਜੰਸੀ ਨੇ ਮੌਕੇ ਦੀ ਵੀਡੀਓ ਵੀ ਸਾਂਝੀ ਕੀਤੀ ਹੈ। ਫੜੇ ਗਏ ਨਸ਼ੀਲੇ ਪਦਾਰਥ ਦੀ ਕੀਮਤ ਅੰਤਰਰਾਸ਼ਟਰੀ ਪੱਧਰ ਤੇ 30 ਕਰੋੜ ਦੱਸੀ ਜਾ ਰਹੀ ਹੈ। ਅਸ਼ੋਕ ਕੁਮਾਰ ਨਾਮ ਦੇ ਸ਼ਖਸ ਨੂੰ ਇਸ ਨਸ਼ੇ ਦੀ ਖੇਪ ਸਣੇ ਗ੍ਰਿਫਤਾਰ ਕੀਤਾ ਗਿਆ। ਦਿੱਲੀ ਏਅਰਪੋਰਟ ਤੋਂ 6 ਕਿਲੋ ਹਾਈ ਕੁਆਲਿਟੀ ਦੀ ਕੋਕੀਨ ਦੇ ਨਾਲ ਇਸ ਨੂੰ ਕਾਬੂ ਕੀਤਾ ਗਿਆ। ਤਾਂ CBI ਦੇ ਵੱਲੋਂ ਇਸ ਪੂਰੇ ਮਾਮਲੇ ਦਾ ਪਰਦਾਫਾਸ਼ ਕੀਤਾ ਗਿਆ। ਏਅਰਪੋਰਟ ਤੋਂ 6 ਕਿਲੋ ਕੋਕੀਨ ਬਰਾਮਦ ਕੀਤੀ। ਇਹ ਸ਼ਖਸ ਖਿਡੌਣੇ ਦੇ ਵਿੱਚ 270 ਕੈਪਸੂਲ ਲੁਕੋ ਕੇ ਲਿਆ ਰਿਹਾ ਸੀ। ਤਾਂ ਜਦੋਂ ਸ਼ੱਕ ਹੋਇਆ ਤਾਂ ਇਸ ਨੂੰ ਘੇਰਿਆ, ਇਸ ਦੇ ਸਮਾਨ ਦੀ ਤਲਾਸ਼ੀ ਹੋਈ। ਤਲਾਸ਼ੀ ਮੌਕੇ CBI ਦੇ ਹੱਥ ਇੱਕ ਖਿਡੌਣਾ ਲੱਗਾ। ਜਦੋਂ ਖਿਡੌਣੇ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਉਸ ਦੇ ਵਿੱਚ 270 ਕੈਪਸੂਲ ਸਨ ਕੋਕੀਨ ਦੇ। ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੇ ਇਸ ਸ਼ਖਸ ਨੂੰ ਕਾਬੂ ਕੀਤਾ ਗਿਆ। ਭਾਰਤੀ ਮੂਲ ਦਾ ਜਰਮਨ ਨਾਗਰਿਕ ਇੰਡੀਗੋ ਏਅਰਲਾਈਨਸ ਰਾਹੀਂ ਦੋਹਾ ਤੋਂ ਨਵੀਂ ਦਿੱਲੀ ਜਾ ਰਿਹਾ ਸੀ। ਤਾਂ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਇਹ ਸ਼ਖਸ ਇੱਕ
ਗੱਦੇਦਾਰ ਖਿਡੌਣੇ ਦੇ ਵਿੱਚ ਕੋਕੀਨ ਦੇ 270 ਕੈਪਸੂਲ ਲੁਕੋ ਕੇ ਲਿਆ ਰਿਹਾ ਸੀ। ਫਿਲਹਾਲ ਇਸ ਤੋਂ ਪੁੱਛ ਪੜਤਾਲ ਜਾਰੀ ਹੈ ਕਿ ਕਿੱਥੋਂ ਇਹ ਲੈ ਕੇ ਆਇਆ ਸੀ, ਕਿੱਥੇ ਇਸ ਨੇ ਸਪਲਾਈ ਕਰਨੇ ਸਨ।